ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਾਹਿਬ। ਇਹ ਕਾਫੀ ਸਾਲਾਂ ਤੋਂ ਅਕਾਲੀ ਦਲ ਦੀ ਸੀਟ ਰਹੀ ਹੈ, ਪਰ ਇਸ ਵਾਰ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਅਕਾਲੀ ਦਲ ਨੂੰ ਪੂਰੀ ਲੀਡਰਸ਼ਿਪ ਨੇ ਉੱਥੇ ਆ ਕੇ ਕੰਮ ਕਰਨਾ ਪੈ ਰਿਹਾ, ਬੜੀ ਮਿਹਨਤ ਕਰਨੀ ਪੈ ਰਹੀ ਹੈ, ਕੀ ਲੱਗ ਰਿਹਾ ਤੁਹਾਨੂੰ, ਕੀ ਰਿਜ਼ਲਟ ਹੋਏਗਾ? ਸੀ, ਅਕਾਲੀ ਦਲ ਕਿਤੇ ਵੀ ਇਲੈਕਸ਼ਨ ਹੋਏ ਅਸੀਂ ਸੀਰੀਅਸ ਮੰਨਦੇ ਹਾਂ ਅਤੇ ਅਸੀਂ ਇਲੈਕਸ਼ਨ ਪੂਰੀ ਡਟ ਕੇ ਲੜਦੇ ਹਾਂ। ਅਸੀਂ ਕੋਈ ਇਲੈਕਸ਼ਨ ਨੂੰ ਕੋਈ ਮਾਮੂਲੀ ਨਹੀਂ ਸਮਝਦੇ, ਉਹ ਸਾਡਾ ਫਰਜ਼ ਹੈ, ਜਨਤਾ ਜਾਣਾ। ਕਾਂਗਰਸ ਹੀ ਹੈ ਜਿਹੜੀ ਹਰ ਇਲੈਕਸ਼ਨ ਨੂੰ ਆਪਣੇ ਹਿਸਾਬ ਨਾਲ ਲੜਦੀ ਹੈ। ਹੁਣ ਐਕਤੀ ਸਰਕਾਰ ਲੜ ਰਹੀ ਹੈ, ਕਾਂਗਰਸ ਨਹੀਂ ਲੜ ਰਹੀ। ਸਾਰੇ ਅਫਸਰਾਂ ਦੀ ਡਿਊਟੀ ਲਾਈ ਹੈ, ਸਾਰੇ ਮਿਨਿਸਟਰਾਂ ਦੀ ਡਿਊਟੀ ਲਾਈ ਹੈ, ਲੋਕਾਂ ਨੂੰ ਧਮਕਾਓ। ਸਾਰੇ ਜਿਹਦਾ ਜਿਹਦਾ ਕੋਈ ਬਿਜ਼ਨਸ ਹੈ ਅਕਾਲੀ ਵਰਕਰ ਦਾ, ਉਹ ਮਹਿਕਮੇ ਦੇ ਅਫਸਰ ਹੁਣ ਜਾ ਕੇ ਉਹਨਾਂ ਨੂੰ ਤੰਗ ਕਰ ਰਹੇ। ਤੁਹਾਡੀ ਫਿਰ ਇਸ ਚੀਜ਼ ਨੂੰ ਟੈਕਲ ਕਰਨ ਲਈ ਤੁਹਾਡੀ ਸਟ੍ਰੈਟੇਜੀ ਕੀ ਹੈ? ਕਿਉਂਕਿ ਤੁਸੀਂ ਕਿਹਾ ਸੀਗਾ ਕਿ ਇੱਥੇ ਡਟੇ ਰਹੋਗੇ। ਅਫਸਰਾਂ ਨੂੰ ਬੇਨਤੀ ਕਰਦਾ ਕਿ ਆਹ ਜਿਹੜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਤੁਸੀਂ ਇਸ ਜੰਗ 'ਚ ਨਾ ਆਓ। ਡੈਰੀ ਤੁਹਾਡੀ ਐਕਟਿਵ ਰਹੇਗੀ, ਡੈਰੀ 'ਚ ਨਾਮ ਜਾਣਗੇ। ਅਤੇ ਇੱਕ ਆਪਾਂ ਇੱਕ ਹੋਰ ਆਖਰੀ ਸਵਾਲ ਹੈ, ਜੋ SHO ਬਾਜਵਾ ਨੂੰ ਲੈ ਕੇ ਜੋ ਇਸ਼ੂ ਬਣਿਆ, ਉਹਦੇ 'ਚ ਤੁਹਾਡਾ ਕੀ ਕਹਿਣਾ? ਕਿਉਂਕਿ ਉਹਨਾਂ ਨੂੰ ਨਸ਼ਾ ਛੁਡਾਓ ਕੇਂਦਰ 'ਚ ਇਸ ਵੇਲੇ ਨਸ਼ਾ ਛੁਡਾਓ ਕੇਂਦਰ 'ਚ ਬਾਜਵੇ ਨੂੰ ਭੇਜ ਦਿੱਤਾ ਗਿਆ, ਗ੍ਰਿਫਤਾਰ ਵੀ ਕੀਤਾ ਗਿਆ। ਬਾਜਵੇ, ਅਕਾਲੀ ਦਲ ਕਹਿੰਦੇ ਕਿ ਬਾਜਵੇ ਸਹੀ ਬੰਦਾ ਸੀ, ਬਾਜਵੇ ਨੂੰ ਹੀ ਇਹਨਾਂ ਨੇ ਸਰਟੀਫਿਕੇਟ ਦਿੱਤੀ ਕਿ ਬੈਸਟ ਆਫਿਸਰ ਦੀ ਐਸੀ ਸਰਕਾਰ ਨੇ ਜੀ। ਇਹ ਸਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਦਾ ਕਹਿਣਾ ਕਿ ਇਹਨਾਂ ਨੇ ਅਫਸਰਾਂ ਦੀ ਇੱਕ ਵਾਰੀ ਡਾਇਰੀ ਜਿਹੜੀ ਹੈ ਫਿਰ ਐਕਟਿਵ ਕਰ ਲਈ ਹੈ। ਜੇਕਰ ਕੋਈ ਧਾਂਦਲੀ ਜਾਂ ਜੋ ਕੋਈ ਜ਼ਬਰਦਸਤੀ ਕੋਈ ਹੁੰਦੀ ਹੈ ਇਸ ਇਲੈਕਸ਼ਨ 'ਚ, ਤਾਂ ਉਹ ਅਫਸਰਾਂ ਦੇ ਨਾਮ ਇੱਕ ਵਾਰੀ ਫਿਰ ਆਪਣੀ ਡਾਇਰੀ 'ਚ ਲਿਖਣਗੇ। ਕੈਮਰਾਮੈਨ ਵਰਿੰਦਰ ਦੇ ਨਾਲ ਰਿਮਾਂਸ਼ੂ ਦਾਬਾ, ਦੈਨਿਕ ਸਵੇਰਾ TV।